ਜਦੋਂ ਅਸੀਂ ਇਤਿਹਾਸ ਦੇ ਤੌਰ ਤੇ ਦੇਖੇਗਾ ਉਹ ਗੁਰੂ ਗੋਬਿੰਦ ਸਿੰਘ ਜੀ ਵੀ ਆਉਂਦੇ ਆ, ਉਹਦੇ ਵਿੱਚ ਸੱਚ ਬੋਲਣ ਦੇ ਵਿੱਚ ਫਰੀਦ ਜੀ ਵੀ ਆਉਂਦੇ ਆ, ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਦੁੱਲਾ ਭੱਟੀ ਵੀ ਆਉਂਦਾ ਆ, ਉਹਦੇ ਵਿੱਚ ਜਿਹੜੇ ਕਿ ਸ਼ਹੀਦ ਭਗਤ ਸਿੰਘ ਵੀ ਆਉਂਦੇ ਆ, ਉਹਦੇ ਵਿੱਚ ਅਸਫਾਕ ਉੱਲਾ ਵੀ ਆਉਂਦੇ ਆ, ਉਹਦੇ ਵਿੱਚ ਰਹਿਮਤ ਅਲੀ ਦਲਜੀਤ ਕੇ ਵੀ ਆਉਂਦੇ ਆ। ਜਦੋਂ ਤੁਸੀਂ ਇਤਿਹਾਸ ਤੇ ਜਗ੍ਹਾ ਮਾਰੋਗੇ ਤੇ ਦੋ ਇਤਿਹਾਸ ਦੋ ਤਰੀਕੇ ਨਾਲ ਵੰਡਿਆ ਜਾਂਦਾ, ਇੱਕ ਲੁਟੇਰੇ ਵਰਗ ਦਾ ਇਤਿਹਾਸ ਆ, ਇੱਕ ਜਾਣੀ ਕਿ ਇਨਕਲਾਬੀ ਲੋਕਾਂ ਦਾ ਇਤਿਹਾਸ ਆ, ਇੱਕ ਜਾਣੀ ਕਿ ਕਿਰਤੀ ਲੋਕਾਂ ਦਾ ਇਤਿਹਾਸ ਆ। ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹੋ ਜਿਹਾ ਇਤਿਹਾਸ ਰਚਣ ਵੱਲ ਤੋਰਨਾ ਇਹ ਸਾਡੇ ਤੇ ਜ਼ਿੰਮੇਵਾਰੀ ਆ। ਅਸੀਂ ਐਲਾਨ ਕਰਦੇ ਹਾਂ ਕਿ ਸਾਡੇ ਜਿਹੜੇ ਬੱਚੇ ਆ ਉਹ ਇੱਕ ਚੰਗਾ ਇਨਸਾਨੀਅਤ ਵਾਲਾ ਇਤਿਹਾਸ ਜਾਣੀ ਕਿ ਰਚਣ ਵੱਲ ਨੂੰ ਤੋਰਨਾ। ਇਸ ਸਮੇਂ ਜਿਹੜੀ ਲੜਾਈ ਆ ਇਹ ਬਹੁਤ ਹੀ ਇੱਕ ਪਾਸੇ ਖੌਫਨਾਕ ਆ ਪਰ ਦੂਜੇ ਪਾਸੇ ਇੱਕ ਬਹੁਤ ਚੰਗੀ ਚੀਜ਼ ਸਿਰਜ ਰਹੀ। ਭਾਰਤ ਨੂੰ ਲੰਬੇ ਸਮੇਂ ਤੋਂ ਜਾਤਾਂ ਪਾਤਾਂ ਧਰਮਾਂ ਦੀ ਜਿਹੜੀ ਕਿ ਜਿਹੜੀ ਸਿਧਾਂਤ ਸੀਗਾ ਉਹਨ ਮਨੁੱਖ ਨੂੰ ਮਨੁੱਖ ਤੋਂ ਅਲੱਗ ਕੀਤਾ। ਅਸੀਂ ਕਹਿੰਦੇ ਹਾਂ ਧਰਮ ਆਪਣੇ ਥਾਂ ਤੇ ਚਾਹੀਦੀ ਆਪਣਾ ਆਪਣਾ ਧਰਮ, ਪਰ ਸਿਆਸਤ ਦਾ ਧਰਮ ਦੇ ਨਾਲ ਨਾਤਾ ਨਹੀਂ ਚਾਹੀਦਾ। ਜਦੋਂ ਰਾਜ ਸ਼ਕਤੀ ਧਰਮ ਦੇ ਆਧਾਰ ਤੇ ਜਿਹੜੀ ਕਿ ਬਣਨ ਲੱਗ ਪਏ ਮਨੁੱਖਾਂ ਦਾ ਕਤਲ, ਇਦੋਂ ਬਗੈਰ ਹੋਰ ਕੋਈ ਗੱਲ ਨਹੀਂ ਨਿਕਲਦੀ। ਇਹ ਸੱਚਾਈ ਦੇ ਆਧਾਰ ਤੇ ਹੋਵੇ, ਇਹ ਕਿਰਤ ਦੇ ਆਧਾਰ ਤੇ ਹੋਵੇ, ਇਹ ਗਲਤ ਗੱਲਾਂ ਦੇ ਖਿਲਾਫ਼ ਲੜਨ ਦੇ ਆਧਾਰ ਤੇ ਹੋਵੇ, ਇਹ ਇਨਸਾਨੀਅਤ ਇੰਨੀ ਗੱਲੇ ਕਹਿੰਦੇ ਪਰ ਇਹ ਪਤਾ ਨਹੀਂ ਜਦੋਂ ਅਸੀਂ ਇਹ ਕਹਿੰਦਾ ਤੁਸੀਂ ਦੇਸ਼ ਧਰੋਈ ਆ, ਅਸੀਂ ਕਿਹਾ ਜੀ ਠੀਕ ਇਹ ਲੋਕਾਂ ਨੂੰ ਇੱਕ ਦਿਨ ਕਿਹਾ ਸਾਡੇ ਵਿੱਚ ਇਹ ਜਿਹੜੇ ਖੇਤੀ ਲੋਕ ਸੀ ਉਹਨਾਂ ਨੂੰ ਗਲਤਾਂ ਨਹੀਂ ਵੰਡ ਕੇ ਉਹਨਾਂ ਕੋਲੋਂ ਪੜ੍ਹਨ ਦਾ ਸਿੱਖਣ ਦਾ ਅਧਿਕਾਰ ਖੁੱਲ੍ਹ। ਇਹ ਕਹਿਤਾ ਵੀ ਇਹਨਾਂ ਦਾ ਗਿਆਨ ਹੀ ਨਹੀਂ ਆਉਣਾ ਚਾਹੀਦਾ ਇਹਨਾਂ ਦੇ ਪੱਲੇ, ਉਹਨਾਂ ਨੂੰ ਕਿਹੋ ਜਿਹੀ ਹਾਲਤ 'ਚ ਪਾਲਤਾ ਸੀ ਕਿ ਇਹ ਜਿਹੜੇ ਖੂਹ ਤੋਂ ਪਾਣੀ ਵੀ ਨਹੀਂ ਭਰ ਸਕਦੇ, ਜਿਸ ਰਸਤੇ 'ਤੇ ਤੁਰੇ ਆ ਉਹ ਵੀ ਉਹ ਛਾਪਾ ਬੰਨ ਕੇ ਤੁਰਨ। ਕਿੱਡੀ ਘਟੀਆ ਗੱਲ, ਕਿੱਡੀ ਗੈਰ ਇਨਸਾਨੀਅਤ ਗੱਲ ਕਿ ਇਸ ਇਤਿਹਾਸ ਦੇ ਉੱਤੇ ਜਿਹੜਾ ਦੇਸ਼ ਦੇ ਜੰਗਲ ਜ਼ਮੀਨ ਜਾਇਦਾਦਾਂ ਵੱਡੇ ਕਾਰਪੋਰੇਟਾਂ ਦੇ ਵਿਦੇਸ਼ੀਆਂ ਦੇ ਇਸ਼ਾਰਿਆਂ ਦੇ ਚੱਲ ਕੇ ਕਰ ਰਿਹਾ ਉਹ ਕੁਛ ਕਿਹਾ, ਜਿਹੜੀਆਂ ਨੀਤੀਆਂ ਸਾਰੀਆਂ ਸਾਡੇ ਸਮਾਜ ਨੂੰ ਆਸ ਵਿੱਚ ਭਰਾ ਮਾਰ ਲੜਾਈ ਦੇ ਵਿੱਚ ਪਾਉਣ ਵਾਲੀਆਂ ਅਸੀਂ ਕਹਿੰਦੇ ਵੀ ਉਹ ਕੁਛ ਕਿਹਾ। ਜਿਹੜਾ ਲੋਕਾਂ ਦੇ ਉੱਤੇ ਸੱਚਾਈ ਦੇ ਆਧਾਰ ਤੇ ਜ਼ੁਲਮ ਕਰਦਾ, 40 ਵਿਅਕਤੀ ਪਿਛਲੇ ਹਾਸੇ ਦੇ ਵਿੱਚ ਜਿਹੜੀ ਕਿ ਸਾਡੇ ਵਿੱਚ ਬੱਚੇ ਵੀ ਮਿਲ ਗਏ ਇਹਨਾਂ ਨੇ ਮਾਰ ਦਿੱਤੇ, ਉਹ ਜਿਹੜੇ ਜ਼ਾਲਮ ਆ ਉਹ ਕੁਛ ਕੇਟੀ। ਇਸ ਕਰਕੇ ਅਸੀਂ ਲਾਜ਼ਮੀ ਉਹਨਾਂ ਕੁਛ ਕੇਟੀਆਂ ਨੂੰ ਸਜ਼ਾ ਦੇਣਾ ਚਾਹੁੰਦੇ ਹਾਂ। ਸਾਡੀ ਉਹਨਾਂ ਨਾਲ ਕੋਈ ਮੋਹ ਮੁਹੱਬਤ ਨਹੀਂ, ਸਾਡੀ ਸਪਸ਼ਟ ਲਕੀਰ ਆ ਕੀ ਲਕੀਰ ਆ ਵੀ ਉਹ ਕੁਛ ਕੇਟੀਏ ਆ, ਉਹਦੇ ਵਿੱਚ ਮੋਦੀ ਵੀ ਆਉਂਦਾ ਉਹਦੇ ਵਿੱਚ ਸ਼ਾਹ ਵੀ ਆਉਂਦਾ, ਜਿਹਨਾਂ ਨੇ ਗੱਡੀ ਇੱਥੇ ਲੈ ਕੇ 47 ਤੋਂ ਲੈ ਕੇ ਆਉਂਦੀ ਆ ਉਹਦੇ ਵਿੱਚ ਉਹ ਵੀ ਆਉਂਦੇ ਆ ਜਿਹਨਾਂ ਨੇ ਇਹ ਹਾਲਾਤਾਂ ਸਾਰੀਆਂ ਪੈਦਾ ਕੀਤੀਆਂ। ਇਸ ਕਰਕੇ ਉਹਨਾਂ ਕੁਛ ਕੇਟੀਆਂ ਲਈ ਇਹ ਕਹਿੰਦੇ ਆ ਬੰਦੀ ਘਰ ਤੁਹਾਡੇ ਲਈ ਬਣਾਇਆ, ਅਸੀਂ ਕਹਿੰਦੇ ਮੋਦੀ ਨਹੀਂ ਇਹ ਬੰਦੀ ਘਰ ਜਾਣੀ ਕਿ ਅਸੀਂ ਤੁਹਾਡੇ ਲਈ ਵਰਤਾਂਗੇ। ਕਾਹਦੇ ਆਧਾਰ ਤੇ ਵਰਤਾਂਗੇ? ਕਿਉਂਕਿ ਸਾਡਾ ਜਿਹੜਾ ਏਕਾ ਆ ਉਹ ਸਾਡਾ ਸਪਸ਼ਟ ਨਜ਼ਰ ਆ ਗਿਆ, ਏਕਾ ਜਿਹੜੀ ਅਸੀਂ ਅੱਗੇ ਖੁਦ ਅਸੀਂ ਨਹੀਂ ਸਮਝ ਸਕੇ ਸੀ 1947 ਵਿੱਚ, ਸਾਡੇ ਮਾਂ ਬਾਪ ਨਹੀਂ ਸਮਝ ਸਕੇ ਸੀਗੇ ਉਦੋਂ ਅਸੀਂ ਇੱਕ ਦੂਜੇ ਦਾ ਗਲਬਾਜ ਭਰਾ ਮਾਰ ਲੜਾਈ 'ਚ ਫਸ ਗਏ, ਪਰ ਹੁਣ ਸ਼ਹੀਨ ਬਾਬਾ ਨੇ ਇੱਕ ਰਸਤਾ ਦੱਸ ਦਿੱਤਾ, ਇਤਿਹਾਸ ਦੱਸ ਦਿੱਤਾ ਕਿ ਅਸੀਂ ਆਉਣ ਵਾਲਾ ਜਿਹੜਾ ਇਤਿਹਾਸ ਆ ਕਿਸ ਰੂਪ 'ਚ ਸਿਰਜਣਾ। ਉਹਨਾਂ ਨੇ ਦੱਸਤਾ ਕਿ ਅਸੀਂ ਸਾਰੇ ਕਿਰਤੀ ਜਿਹੜੇ ਆ, ਅਸੀਂ ਸਾਰੇ ਜਿਹੜੇ ਵੱਖਰੇ ਵੱਖਰੇ ਧਰਮਾਂ ਦੇ ਲੋਕ ਆ, ਅਸੀਂ ਇੱਕ ਆ ਤੇ ਜਿਹੜਾ ਵੀ ਫੁੱਟ ਪਾਉਣ ਦੀ ਕੋਸ਼ਿਸ਼ ਕਰਦਾ ਅਸੀਂ ਉਹਦੇ ਵਿਰੋਧ 'ਚ ਹਾਂ, ਤੇ ਅਸੀਂ ਲਾਜ਼ਮੀ ਲੋਕਾਂ ਦਾ ਇਤਿਹਾਸ ਲੋਕਾਂ ਦੇ ਪੱਖੀ ਇਤਿਹਾਸ ਕਿਹਦੀ ਕਦੀ ਕਾਮਨਾ ਸੁਪਨਾ ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਨੇ ਲਿਆ ਸੀ ਅਸੀਂ ਲਾਜ਼ਮੀ ਉਹ ਸਥਾਪਿਤ ਕਰਾਂਗੇ। ਇਸ ਕਰਕੇ ਸਾਡੀ ਲੜਾਈ ਜਿਹੜੀ ਆ ਉਹ ਲਗਾਤਾਰ ਜਾਰੀ ਰਹੂਗੀ। ਇਕੱਲਾ ਸਾਡੀ ਲੜਾਈ CAA ਤੱਕ ਨਹੀਂ, NRC ਤੱਕ ਨਹੀਂ, ਸਾਡੀ ਲੜਾਈ ਉਦੋਂ ਤੱਕ ਜਾਰੀ ਰਹੂਗੀ ਜਿੰਨਾ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ। ਇਸ ਕਰਕੇ ਸਾਥੀਓ ਆਪਾਂ
ਸਿਰ ਤੇ ਕੱਫਣ ਬੰਨ ਕੇ